ਤੁਸੀਂ ਚਲੋ ਇੱਥੇ ਗੱਡੀ ਨਹੀਂ ਲੱਗਣੀ, ਟੈਕਸੀ ਲੱਗ ਸਕਦੀ, ਆਟੋ ਨਹੀਂ ਲੱਗ ਸਕਦਾ, ਬੱਸ ਲੱਗ ਸਕਦੀ, ਆਟੋ ਨਹੀਂ ਲੱਗ ਸਕਦਾ, ਰੇਹੜੀਆਂ ਇੱਥੇ ਲੱਗ ਸਕਦੀਆਂ ਨੇ, ਆਟੋ ਨਹੀਂ ਲੱਗ ਸਕਦਾ, ਦੱਸੋ ਫਿਰ ਆਟੋ ਵਾਲਾ ਕਿੱਥੇ ਲਾਵੇ? ਸਿੱਧੀ ਮਾਂ ਭੈਣ ਦੀ ਗੱਲ ਕੱਟੀ ਜਾਂਦੀ ਹੈ ਸਾਨੂੰ, ਰਕਸ਼ੇ ਪਾ ਲਈਏ ਫਿਰ, ਤੁਸੀਂ ਰਸਤਾ ਦਿੰਦੇ ਹੋ ਜਦ ਅਸੀਂ ਗੱਡੀ ਲਾਉਣੀ ਨਹੀਂ ਆਉਂਦੀ, ਸੱਜਾ ਲੋਕ ਨਹੀਂ ਆਉਂਦਾ ਹੈਗਾ, ਜਦੋਂ ਜੇ ਅਸੀਂ ਕਹਿੰਦੇ ਆ ਤੇ ਸਾਡੇ ਗੱਲ ਪੈਂਦੇ ਨੇ, ਜੇ ਮੈਂ ਅੱਜ ਆ ਗਏ ਤੁਸੀਂ ਕਿਹਾ ਵਾ ਭੱਟਾ ਲੱਗੇ ਨਾਲ ਪੱਗ ਲਾਦੀ ਕਰੇ, ਸਾਡੇ ਭੱਟਾ ਦੀ ਨਾਲ ਪੱਗ ਲਾਦੀ ਕੁੱਟਿਆ ਮਾਰ ਜਾਵੇ, ਦੱਸੋ ਅੱਜ ਦਾ ਕੰਮ ਨਹੀਂ ਰਹੂ ਦਾ ਕੰਮ, ਪਾਪਾ ਜੀ ਅਸੀਂ ਵੀ ਸਰਦਾਰ ਆ, ਪਰਨਾ ਲਾ ਕੇ ਜਾਂਦਾ ਮੈਂ, ਤੁਸੀਂ ਪਰਨਾ ਲਾਇਆ ਇੰਨਾ ਨਹੀਂ ਹੁੰਦਾ, ਪੱਗ ਲਾਉਂਦਾ ਤੁਸੀਂ ਉਹਦਾ ਸਿਰ ਪਾੜਦਾ ਵੜ ਕੇ ਬਾੜੇ ਲੱਗ ਲਓ, ਇਹ ਤਸਵੀਰਾਂ ਰੇਲਵੇ ਸਟੇਸ਼ਨ ਦੇ ਬਾਹਰ ਦੀਆਂ ਨੇ ਜਿੱਥੇ ਟੈਕਸੀ ਚਾਲਕ ਤੇ ਆਟੋ ਚਾਲਕ ਆਮੋ ਸਾਹਮਣੇ ਹੋ ਗਏ ਤੇ ਆਪਸ ਦੇ ਵਿੱਚ ਭਿੜਦੇ ਨਜ਼ਰ ਆਏ। ਆਟੋ ਚਾਲਕਾਂ ਦੇ ਮੁਤਾਬਿਕ ਟੈਕਸੀ ਚਾਲਕ ਨੇ ਉਹਨਾਂ ਦੇ ਆਟੋ ਨੂੰ ਸੜਕ ਤੇ ਲੱਗਣ ਨਹੀਂ ਦਿੱਤਾ, ਜਿਸ ਕਾਰਨ ਇਹ ਵਿਵਾਦ ਵਧਿਆ। ਉਧਰ ਟੈਕਸੀ ਚਾਲਕ ਨੇ ਵੀ ਕਿਹਾ ਕਿ ਉਸਨੇ ਖੜੇ ਆਟੋ ਨੂੰ ਸਾਈਡ ਕਰਨ ਲਈ ਕਿਹਾ ਸੀ, ਜਿਸ ਦੇ ਚਲਦਿਆਂ ਵਿਵਾਦ ਵੱਧ ਗਿਆ। ਇਸ ਸਾਰੇ ਝਗੜੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ। ਦੋਵੇਂ ਹੀ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੀਆਂ ਨਜ਼ਰ ਆਈਆਂ ਨੇ। ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਦੱਸ ਦਈਏ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਲੈ ਕੇ ਆਟੋ ਅਤੇ ਟੈਕਸੀ ਚਾਲਕ ਰੇਲਵੇ ਸਟੇਸ਼ਨ ਦੇ ਬਾਹਰ ਆਪਣੀਆਂ ਗੱਡੀਆਂ ਨੂੰ ਖੜਾ ਕਰਦੇ ਨੇ, ਜਿਸ ਕਾਰਨ ਲੰਮਾ ਜਾਮ ਵੀ ਲੱਗ ਜਾਂਦਾ ਹੈ। ਆ ਸਵੇਰੇ ਆਟੋ ਖੜਾ ਕੀਤਾ ਸੀਗਾ, ਟੈਕਸੀ ਸਟੈਂਡ ਵਾਲੇ ਡੇਲੀ ਆ ਕੇ ਸਾਡੇ ਨਾਲ ਕੋਈ ਨਾ ਕੋਈ ਗੱਲ ਪਿੱਛੇ ਲੜਾਈ ਕਰਦੇ। ਅੱਜ ਮੈਂ ਇਕੱਲਾ ਸੀਗਾ ਇੱਥੇ, ਮੇਰੇ ਨਾਲ ਦੇ ਹੈ ਨਹੀਂ ਸੀਗੇ, ਪਹਿਲਾਂ ਇਹਨਾਂ ਨੇ ਗਾਲਾਂ ਕੱਢੀਆਂ ਜਦੋਂ ਮੈਂ ਪੁੱਛਣ ਲਈ ਗਿਆ, ਅਤੇ ਇਹਨਾਂ ਨੇ ਮੇਰੇ ਪਹਿਲਾਂ ਚਪੇੜਾਂ ਮਾਰੀਆਂ, ਬਾਅਦ 'ਚੋਂ ਰਾੜ ਨਾਲ ਹਮਲਾ ਕੀਤਾ, ਜਿਸ ਹੁਣ ਮੇਰਾ ਸਿਰ ਪੱਟਿਆ ਪਿਆ ਸਵੇਰ ਦਾ, ਆਹ ਮੇਰੀ ਬਾਂਹ ਤੋੜਤੀ ਇਹਨਾਂ ਨੇ। ਆਹ ਸਵੇਰ ਦੀ ਬਾਂਹ ਤੋੜੀ ਹੋਈ ਹੈ ਬੰਦੇ ਦੀ, ਆਟੋ ਜੇਬਰਾ ਲਾਈਨ ਦੇ ਅੰਦਰ ਖੜੇ ਸੀਗੇ ਜੀ, ਜਿਹੜੀ ਸਰਕਾਰ ਨੇ ਸਾਨੂੰ ਲਾਈਨ ਦਿੱਤੀ ਸੀ, ਅਸੀਂ ਉਹਦੇ ਅੰਦਰ ਆਟੋ ਲਾਉਂਦੇ ਹਾਂ, ਇਹ ਵੀ ਸਾਨੂੰ ਇਹਨਾਂ ਨੂੰ ਤਾਂ ਵੀ ਪ੍ਰੋਬਲਮ ਆ ਗਈ, ਅਸੀਂ ਆਟੋ ਇੱਥੇ ਕਿਉਂ ਲਾਉਂਦੇ ਹਾਂ? ਸਾਨੂੰ ਨਾਮ ਤਾਂ ਨੀ ਪਤਾ ਇਹਨਾਂ ਦਾ, ਕਿਉਂਕਿ ਅਸੀਂ ਕਦੀ ਮੂੰਹ ਨੀ ਲਾਇਆ ਨਾ ਸਾਡਾ ਕੋਈ ਰੋਲ, ਪੂਰੀ ਯੂਨੀਅਨ ਇੱਕ ਹਫ਼ਤੇ ਤੋਂ ਆਹੀ ਕੁਝ ਕਰਦੇ, ਕੰਪਲੇਂਟ ਦਿੱਤੀ ਹੋਈ ਹੈ, ਕਾਰਵਾਈ ਕਹਿੰਦੇ ਅੱਜ ਮੈਂਬਰ ਦਿੱਤਾ ਸੀਗਾ ਜੀ, ਕਹਿੰਦੇ ਜਿਹੜੀ ਤੁਹਾਡੇ ਹੱਕ 'ਚ ਹੋਗੀ, ਪੁਲਿਸ ਪ੍ਰਸ਼ਾਸਨ ਨੇ ਸਾਨੂੰ ਆਸਵਾਸ਼ਨ ਦਿੱਤਾ ਵੀ ਤੁਹਾਡੇ ਹੱਕ 'ਚ ਹੀ ਫੈਸਲਾ ਹੋਊਗਾ, ਅਸੀਂ ਮਤਲਬ ਉਹਨਾਂ ਨੂੰ ਕੰਪਲੇਂਟ ਦਿੱਤੀ। ਗੱਲ ਖਤਮ ਮੈਡਮ, ਗੱਲ ਕੀ ਆ, ਦੇਖੋ ਹੁਣ ਅੱਜ ਆਹ ਮੁੰਡਾ ਵਾ, ਸਾਨੂੰ ਇਹ ਹੋ ਸਕਦਾ, ਮੈਂ ਹੋ ਸਕਦਾ, ਕਿਉਂਕਿ ਅਸੀਂ ਸਾਰੇ ਨੇ ਇੱਥੇ ਖੜਨਾ ਵਾ ਮੈਡਮ, ਛੋਟੇ ਛੋਟੇ ਬੱਚੇ ਆ ਜੀ, ਸਾਨੂੰ ਇੱਕ ਰੂਮ ਵੱਜ ਗਈ, ਸਾਡੇ ਬੱਚੇ ਕੌਣ ਪਾਲੂਗਾ ਜੀ? ਕਮਰਸ਼ਲ ਕੋਈ ਨੰਬਰ ਨਹੀਂਗਾ ਇਹਨਾਂ ਦਾ, ਘਰ ਦੀਆਂ ਗੱਡੀਆਂ ਲਈ ਫਿਰਦੇ ਨੇ, ਪ੍ਰਾਈਵੇਟ ਗੱਡੀਆਂ ਦੇ ਟੈਕਸੀ ਸਟੈਂਡ ਬਣਾਈ ਫਿਰਦੇ ਆ, ਦੱਸੋ ਘਰ ਦੀਆਂ ਗੱਡੀਆਂ ਦੇ ਕਿਹੜਾ ਟੈਕਸੀ ਸਟੈਂਡ ਹੁੰਦਾ? ਇਹਨਾਂ ਦਾ ਰੋਜ਼ ਦਾ ਕੰਮ ਹੋਇਆ ਮੈਡਮ, ਇਹ ਰੇੜੀਆਂ ਵੀ ਲਵਾਈਆਂ ਹੋਈਆਂ, ਇਹਨਾਂ ਰੋਜ਼ ਦਾ ਕੰਮ ਹੋ ਜਾਣਾ, ਜੇ ਅੱਜ ਨਾ ਅਸੀਂ ਹੱਥ ਚੱਕੇ ਨਾ, ਅਸੀਂ ਨਾ ਅਸੀਂ ਆਪਣਾ ਆਵਾਜ਼ ਚੱਕੀ, ਇਹਨਾਂ ਰੋਜ਼ ਦਾ ਕੰਮ ਕਰਦੇ ਨੇ, ਸਾਡੇ ਆਟੋ ਸਾਈਡ ਤੇ ਕਰਾ ਕੇ ਰੇੜੀਆਂ ਲਵਾਉਣਾ ਚਾਹੁੰਦੇ ਨੇ, ਉਹਨਾਂ ਕੋਲ ਪੈਸੇ ਲੈਂਦੇ ਨੇ, 2000 2500 ਕਰਾਇਆ ਲੈਂਦੇ ਉਹਨਾਂ ਕੋਲ, ਸਾਨੂੰ ਸਰਕਾਰ ਨੇ ਯੈਲੋ ਲੈਣ ਦਿੱਤੀ ਹੈ ਖੜੇ ਵਾਸਤੇ, ਅਸੀਂ ਟੈਸਟ ਕਰਾ ਰਹੇ ਹਾਂ, ਸਾਰਾ ਕੁਝ ਕਰ ਰਹੇ, ਇੱਕ ਵਾਰੀ ਲੋਕੇਸ਼ਨ ਦੱਸੋ। ਰੇਲਵੇ ਸਟੇਸ਼ਨ ਦੇ ਸਾਹਮਣੇ ਵੀਰੇ ਇਹਨਾਂ ਦਾ ਆਟੋ ਰਸਤਾ ਲਾਇਆ ਹੋਇਆ ਸੀ, ਰਸਤੇ ਦੇ ਵਿੱਚ ਟਾਇਰ ਮਾਰਟ ਨੂੰ ਰਸਤਾ ਜਾਂਦਾ, ਰਸਤਾ ਰੋਕਿਆ ਹੋਇਆ ਸੀ ਇਹਨਾਂ ਦਾ, ਇੱਥੇ ਗੱਡੀ ਮੁੜਨ ਲੱਗੀ ਸੀਗੀ, ਇੱਕ ਮੂਹਰੇ ਵੀ ਆਟੋ ਰਸਤਾ ਲੱਗਿਆ ਸੀ, ਇੱਕ ਪਿੱਛੇ ਲੱਗਿਆ ਸੀ, ਉਹ ਗੱਡੀ ਮੁੜੀ ਨਹੀਂ, ਉਹ ਆਖਰ ਬੈਕ ਕਰਕੇ ਅੱਗੇ ਚਲੇ ਗਏ, ਮੈਂ ਇਹਨੂੰ ਆਟੋ ਵਾਲੇ ਨੂੰ ਕਿਹਾ, ਮੈਂ ਕਿਹਾ ਆਟੋ ਤੂੰ ਰਸਤਾ ਰੋਕਿਆ ਹੋਇਆ, ਗੱਡੀ ਮੁੜੀ ਨੂੰ ਪਿੱਛੇ ਕਰ ਲੈ, ਠੀਕ ਹੈ ਜੀ, ਕਿਹੜਾ ਕੋਈ ਨਾ ਗੱਡੀ ਤਾਂ ਹੁਣ ਮੁੜ ਗਈ,
ਇਹ ਨਾਲ ਕੋਈ ਨਹੀਂ ਖੜਾ ਰਹਿਣ ਦੇ, ਮੈਂ ਕਿਹਾ ਖੜਾ ਰਹਿਣ ਦੇ ਰਸਤਾ ਬੰਦੇ ਨੂੰ ਪਿੱਛੇ ਕਰ, ਪਿੱਛੇ ਕਰ ਤੇ ਉਹ ਆਟੋ 'ਚ ਉਤਰਿਆ, ਮੈਨੂੰ ਆ ਕੇ ਚੁੰਮਣ ਲੱਗਿਆ ਸੀਗਾ, ਠੀਕ ਹੈ, ਹਾਂ ਜੀ ਲੱਗਿਆ ਮੇਰੀ ਗੱਡੀ 'ਚ ਉੱਤਰ, ਮੈਂ ਆਪਦੀ ਕੋਲ ਗੱਡੀ ਕੋਲ ਖੜਿਆ ਸੀਗਾ, ਇਹ ਉਹ ਆਪਦੀ ਗੱਡੀ ਖੜੀ, ਆਪਦੀ ਗੱਡੀ 'ਚ ਉੱਤਰ ਖੜ ਕੇ ਮੇਰੇ ਕੋਲ ਚੁੰਮਣ ਨੂੰ ਆਇਆ, ਮੈਂ ਇਸ ਤਰ੍ਹਾਂ ਹੱਥ ਅੱਗੇ ਕਰ ਲਿਆ, ਉਹਦੇ ਇੱਥੇ ਹੱਥ ਲੱਗਿਆ, ਠੀਕ ਹੈ, ਮੈਂ ਇਸ ਤਰ੍ਹਾਂ ਹੱਥ ਕੀਤਾ, ਇੱਥੇ ਪੈ ਗਿਆ, ਇਕੱਠ ਹੋ ਗਿਆ, ਰੌਲਾ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਬੰਦੇ ਆ ਕੇ ਗੱਲਾਂ ਕਰਨ ਲੱਗੇ ਸਾਡੇ ਨਾਲ, ਛੱਡੋ ਛੱਡੋ ਮਾਰੇ ਦੀ ਗੱਲ ਸੁਣ ਲਓ, ਉਸ ਤੋਂ ਬਾਅਦ ਕਹਿੰਦੇ ਜੀ ਮੇਰੇ ਸਾਡੇ ਇੱਥੇ ਇਹਨੇ ਧੱਫਾ ਕੀਤਾ, ਜੇ ਆ ਉਹਨੇ ਆ ਕੇ ਮੇਰੀ ਪੱਗ ਲਾ ਦਿੱਤੀ ਇੱਥੇ ਸੁਣ ਮਾਰ ਕੇ, ਮੈਨੂੰ ਕਹਿੰਦਾ ਜੀ ਤੁਹਾਡਾ ਹਿਸਾਬਤਾ ਬਰਾਬਰ, ਤੇਰੀ ਬੇਇੱਜ਼ਤੀ ਕਰਨੀ ਜੀ ਨਹੀਂ ਕਰਤੀ, ਕਿਹੜਾ ਸਾਡਾ ਹਿਸਾਬਤਾ ਬਰਾਬਰ, ਆਹ ਗੱਲ ਹੋਈ ਹੈ ਜੀ, ਉਹਦੀ ਬਾਂਹ ਸੁੱਜੀ ਪਈ ਆ, ਬਾਂਹ ਸੁੱਜੀ, ਇੱਥੇ ਪਬਲਿਕ ਆ ਗਈ, ਜਦੋਂ ਪੱਗ ਲਈ ਹੈ ਮੇਰੀ ਬੰਦੇ ਸਰਦਾਰ ਖੜੇ ਸੀਗੇ ਜੀ, ਉਹਦੇ ਤੇ ਚੀਜ਼ ਨਾ ਮਨਾਇਆ ਸਰ, ਕਿਹੜੀ ਚੀਜ਼ ਮਾਰੀ ਗਈ, ਕਿਹਨੇ, ਅਸੀਂ ਥੋੜਾ ਮਾਰੀ ਆ ਜੀ, ਮੈਂ ਨਹੀਂ ਮਾਰਿਆ ਕੁਝ ਵੀ, ਅਸੀਂ ਪਬਲਿਕ ਨੇ ਮਾਰਿਆ ਸਰ ਜੀ, ਇੱਥੇ ਸਰਦਾਰ ਬੰਦੇ ਖੜੇ ਸੀ ਗੱਡੀਆਂ ਚੜ੍ਹਨ ਉੱਤੇ, ਇੱਥੇ ਉਹਨਾਂ ਨੇ ਮਾਰਿਆ ਵਾ, ਜੋ ਮੇਰੀ ਪੱਗ ਲਾਹੀ ਆ, ਇੱਥੇ ਦੇਖ ਕੇ ਇਕੱਠ ਹੋਇਆ ਹੋਇਆ ਸੀਗਾ, ਅਸੀਂ ਨਹੀਂ ਮਾਰਿਆ ਹੈਗਾ, ਅਗਲਾ ਕਹਿੰਦਾ ਸਰਦਾਰ ਦੀ ਪੱਗ ਲਾਹੀ ਆ, ਪੱਗ ਲਾਹ ਦਿਓ ਕੇ ਹਿਸਾਬ ਦਾ ਬਰਾਬਰ, ਦੱਸੋ ਪੱਗ ਲਾ ਕੇ ਹਿਸਾਬ ਦਾ ਬਰਾਬਰ ਹੁੰਦੇ ਆ।